ਅੱਗੇ ਵਧਿਆ ਹੋਇਆ ਦੋਨਾਂ ਟੀਮਾਂ ਦੇ ਸਪਾਂਸਰਾਂ ਦਾ ਜ਼ੋਰ ਲੱਗਿਆ ਹੋਇਆ ਖਿਡਾਰੀਆਂ ਦਾ ਵੀ ਜ਼ੋਰ ਲੱਗਿਆ ਹੋਇਆ ਇੱਕ ਕੰਨੀ ਤੇ ਚਿੱਟੀ ਵਾਲਾ ਜੱਗਾ ਪਰ ਕੌਣ ਰਾਏਕੋਟ ਇਲਾਕੇ ਦਾ ਕਲਸੀਆਂ ਪਿੰਡ ਜਾਫੀ ਇਹ ਕਹਿੰਦੇ ਪੂਰੀ ਇੰਦਰਜੀਤ ਨੇ ਕੀਤੀ ਹੈ ਕੋਸ਼ਿਸ਼ ਜੈਲਾ ਧੂਰਕੋਟ ਦੇ ਕਹਿੰਦੇ ਬਿੰਦੀ ਜਨੇਜਪੁਰੇ ਵਾਲੇ ਮਾਣ ਕਰਦੇ ਆ ਇਸ ਖਿਡਾਰੀ ਤੇ ਲੋ ਸੱਚੇ ਪਾਤਸ਼ਾਹ ਮਿਹਰ ਰੱਖੇ ਪਹਿਲਾ ਸੈਮੀ ਫਾਈਨਲ ਐਨ ਸਿਰੇ ਦੀ ਟੱਕਰ ਚੀਮਿਆਂ ਵਾਲਿਆ ਸਿਰੇ ਦੀ ਟੱਕਰ ਹੈ ਇੱਕ ਇੱਕ ਕਬੱਡੀ ਉਧਰ ਲਵਾਟਾ ਪੰਜਾਬ ਅੱਜ ਨਜ਼ਾਰਾ ਵੱਜਿਆ ਹੋਇਆ ਹੈ ਡੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਮੈਨਰ ਹੇਠ ਸੀਜ਼ਨ ਦਾ ਪਹਿਲਾ ਕੱਪ ਹੈ ਤੇ ਪਹਿਲੇ ਕੱਪ ਦਾ ਪਹਿਲਾ ਸੈਮੀ ਫਾਈਨਲ ਖੇਡਿਆ ਜਾ ਰਿਹਾ ਦਵਰਜੀ ਵਾਲਾ ਦੀਪ ਰੇਡ ਪਾਉਣ ਲਈ ਵਧਿਆ ਹੋਇਆ ਹੈ ਫਰਿਆਦ ਹੈ ਚਿੱਟੀ ਵਾਲਾ ਜੱਗਾ ਏ ਨਾਲ ਕਹਿੰਦੇ ਇੰਦਰਜੀਤ ਹੈ ਆਹ ਚਾਰ ਜਾਫੀਆਂ ਦੇ ਵਿੱਚੋਂ ਇੰਦਰਜੀਤ ਆਹ ਕਲਸੀਆਂ ਵਾਲਾ ਇੰਦਰਜੀਤ ਕਰਾ ਗਿਆ ਬੱਲੇ ਬੱਲੇ ਤਾੜੀ ਜ਼ੋਰਦਾਰ ਆਹ ਇੰਦਰਜੀਤ ਤਾੜੀ ਜ਼ੋਰਦਾਰ ਦੇਵ ਝੱਲੀ ਵੱਲੋਂ $50 ਇੰਦਰਜੀਤ ਦੇ ਲਈ ਇੰਦਰਜੀਤ ਕੇ ਕੱਦ 6 ਫੁੱਟ ਹੋ ਗਿਆ ਏ ਦੱਸ ਦਿਓ ਪਿੰਡ ਕਬੱਡੀ ਚੱਲਿਆ ਖੁਸ਼ੀ ਆਣ ਕੇ ਖੜ ਗਿਆ ਸਟਾਪ ਲਾਈਨ ਦੇ ਵਿੱਚ ਜਿੱਤਾ ਹਾਰਾਂ ਦੇ ਫੈਸਲੇ ਥੋੜੇ ਪੁਆਇੰਟਾਂ ਦੇ ਉੱਪਰ ਹੋਣਗੇ ਹੁਣ ਰਵੀ ਦਿਓਰੇ ਦੀ ਪੈਂਦੀ ਰੇਡ ਤੇ ਚਿੱਟੀਆਂ ਨਿਕਰਾਂ ਵਾਲਿਆਂ ਤੇ ਕਹਿੰਦੇ ਆ ਬਸ ਫੋਰ ਦੇ ਦਰਸ਼ਕਾਂ ਦੀ ਆਖਾ ਵੀ ਇੰਦਰਜੀਤ ਤੇ ਫਰਿਆਦ ਇਸ਼ਾਰਾ ਹੋ ਗਿਆ ਵੀ ਪੁਆਇੰਟ ਰੇਡਰ ਦਾ ਜਾਂ ਸਟਾਪਰ ਦਾ ਪੁਆਇੰਟ ਸਟਾਪਰ ਦਾ ਮੈਚ ਸਿਰੇ ਦਾ